ਲੇ ਦਿੱਤੇ ਆ ਬਟ ਬਿਊਟੀਫੁਲ ਪਲੇਸ ਖਾਸ ਕਰਕੇ ਜਿਹੜੇ ਗ੍ਰੀਕਨ ਆਰਟ ਹੈ ਵੱਡੇ ਵੱਡੇ ਪਿੱਲਰਸ ਉਹਨਾਂ ਦੇ ਉੱਤੇ ਫਿਰ ਉਹ ਜਿਹੜੇ ਮੁਜਸਮਾ ਸਾਜ਼ੀ ਹੈ ਜਾਂ ਉੱਤੇ ਜਿਹੜੀ ਸਟੋਨ ਕਰਵਿੰਗ ਹੈ ਮੈਂ ਕਹਿੰਦਾ ਵਾਂ ਕਿ ਕਿਆ ਬਾਤ ਹੈ ਇਹਦਾ ਕੋਈ ਜੋੜ ਨਹੀਂ ਹੈ ਔਰ ਮੈਨੂੰ ਆਲਵੇਜ਼ ਆਈ ਲਵ ਆ ਕਲਚਰ ਐਂਡ ਹੈਰੀਟੇਜ ਆਰਟਸ ਜਿਹੜਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਔਰ ਇਸ ਵਾਸਤੇ ਕਿ ਮੈਂ ਫਾਈਨ ਆਰਟਸ ਦਾ ਸਟੂਡੈਂਟ ਵੀ ਰਿਹਾ ਵਾਂ ਇਸ ਵਾਸਤੇ ਮੈਨੂੰ ਮੈਂ ਕਹਿੰਦਾ ਵਾਂ ਕਿ ਮੇਰੇ ਲਈ ਬਹੁਤ ਵੱਡੇ ਇਜ਼ਾਜ਼ ਦੀ ਗੱਲ ਹੈ ਕਿ ਮੈਂ ਇਸ ਜਗ੍ਹਾ 'ਤੇ ਆਇਆ ਵਾਂ ਸਾਨ ਫਰਾਂਸਿਸਕੋ ਦੇ ਵਿੱਚ ਜਿਹੜਾ ਮਿਊਜ਼ੀਅਮ ਵੀ ਕਹਿ ਲਵੋ ਤੁਸੀਂ ਹੈ ਇਸ ਜਗ੍ਹਾ ਨੂੰ ਕਿਆ ਬਾਤ ਹੈ ਇਹਦੀ ਖੂਬਸੂਰਤੀ ਦੇਖ ਕੇ ਇਹ ਪਾਰਕ ਜਿਹੜਾ ਇਹਨੂੰ ਦੇਖੋ ਔਰ ਖਾਸ ਕਰਕੇ ਪਿਲਰਸ ਔਰ ਜਿਹੜਾ ਆਰਟ ਹੈ ਇਹਦਾ ਕੋਈ ਜੋੜ ਨਹੀਂ ਹੈ ਵਾਹ ਇਹ ਤੁਸੀਂ ਕਹਿ ਸਕਦੇ ਹੋ ਕਿ ਡ੍ਰੀਮ ਮੇਰੇ ਖੁਆਬ ਸੀ ਇਹਨਾਂ ਨੂੰ ਦੇਖਣਾ ਇਹਨਾਂ ਜਗ੍ਹਾ ਨੂੰ ਐਕਸਪਲੋਰ ਕਰਨਾ ਪੰਜਾਬੀ ਬਾਬਾ ਇਨ ਸੈਨ ਫਰਾਂਸਿਸਕੋ ਬਾਬਾ ਜੀ ਤੁਹਾਨੂੰ ਅਮਰੀਕਾ ਪਹੁੰਚਣ ਨੂੰ ਕਿੰਨੇ ਘੰਟੇ ਹੋ ਗਏ ਹਾਲੇ ਤੁਹਾਡੀ ਨੀਂਦ ਪੂਰੀ ਠੀਕ ਹੋਈ ਕਿ ਨਹੀਂ ਹੋਈ ਹਲੇ ਨਹੀਂ ਜੀ ਹਲੇ ਤੁਸੀਂ ਇੰਨੀ ਐਨਰਜੀ ਤੁਹਾਡੇ 'ਚ ਇੱਦਾਂ ਕਿੱਦਾਂ ਅਕਸਰ ਸਾਰਿਆਂ ਨੂੰ ਜੈਟ ਲੈਗ ਰਹਿੰਦਾ ਹੈ ਲੋਕੀ ਪਹਿਲੇ 2 ਦਿਨ ਤੋਂ ਸੌਂਕ ਨਹੀਂ ਉੱਠਦੇ ਤੁਹਾਨੂੰ ਹਲੇ ਕੁਛ ਘੰਟੇ ਹੋਏ ਤੇ ਤੁਸੀਂ ਨਾਲ ਆਪਣੇ ਕੰਮ ਤੇ ਫਿਰ ਚਾਲੂ ਹੋ ਗਏ ਹੋ ਜੀ ਮੈਂ ਕਹਾਂਗਾ ਕਿ ਅੱਲਾਹ ਤਾਲਾ ਦੀ ਮਿਹਰ ਹੈ ਰਹਿਮਤ ਹੈ ਇਸ ਚੀਜ਼ ਦੇ ਉੱਤੇ ਜੀ ਕਿ ਮੈਂ ਕਦੇ ਵੀ ਕਿਤੇ ਵੀ ਜਾਣਾ ਹੁੰਦਾ ਤੇ ਮੈਨੂੰ ਅੱਛਾ ਬੈਕਅਪ ਮਿਲਿਆ ਹਮੇਸ਼ਾ ਹੀ ਕਦੀ ਵੀ ਐਸਾ ਨਹੀਂ ਹੋਇਆ ਕਿਉਂਕਿ ਮੈਂ ਕੋਈ ਚੀਜ਼ ਸਮੋਕਿੰਗ ਵਗੈਰਾ ਔਰ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਦਾ ਵਾਂ ਔਰ ਕੋਸ਼ਿਸ਼ ਹੁੰਦੀ ਹੈਲਦੀ ਫੂਡ ਖਾਵਾਂ ਤੇ ਜਦੋਂ ਅੱਛਾ ਖਾਣਾ ਖਾਈਦਾ ਤੇ ਉਹਦੇ ਨਾਲ ਐਨਰਜੀ ਵੀ ਆ ਜਾਂਦੀ ਹੈ ਕੀ ਬਾਤ ਹੈ ਠੀਕ ਹੈ ਠੀਕ ਹੈ ਜਦੋਂ ਵਰਲਡ ਐਕਸਪੋਜੀਸ਼ਨ ਹੋਈ ਸੀ ਜੀ ਹਾਂਜੀ ਉਸ ਵੇਲੇ ਇਹ ਸੈਨ ਫਰਾਂਸਿਸਕੋ 'ਚ ਪੈਲੇਸ ਆਰਟ ਆਫ ਪੈਲੇਸ ਬਹੁਤ ਵਧੀਆ ਇਹ ਪੁਰਾਣੀ ਬਿਲਡਿੰਗ ਜਿਹੜੀ ਬਣਾਈ ਗਈ ਸੀਗੀ ਪੈਲੇਸ ਆਫ ਫਾਈਨ ਆਰਟਸ ਕਹਿੰਨੂੰ ਤਾਂ ਇੱਕ ਇੱਕ ਪੱਥਰ ਦਾ ਐਕਸਪਲੋਰ ਕਰਨ ਜੋਗਾ ਹੈ ਇੰਨਾ ਸੋਹਣਾ ਹੈ ਅਦਰਵਾਈਜ਼ ਅਮਰੀਕਾ 'ਚ ਨਾ ਪੁਰਾਣੇ ਕਿਲੇ ਕਿਲੇ ਤਾਂ ਹੈ ਨਹੀਂ ਜਿੱਦਾਂ ਤੁਸੀਂ ਉੱਥੇ ਦਿਖਾਉਂਦੇ ਹੁੰਦੇ ਹਾਂ ਹਾਂਜੀ ਪਰ ਇਹ ਇੱਕ ਉਹ ਜਿਹੀ ਚੀਜ਼ ਹੈਗੀ ਜਿਹੜੀ ਸ਼ਾਇਦ ਤੁਹਾਡੀ ਪਸੰਦ ਦੇ ਨਾਲ ਥੋੜ੍ਹੀ ਜਿਹੀ ਮਿਲਦੀ ਜੁਲਦੀ ਮੈਂ ਕਹਾਂਗਾ ਕਿ ਮੈਂ ਕਿਸੇ ਆਰਟਿਸਟ ਜਿਨ੍ਹਾਂ ਹੱਥਾਂ ਨੇ ਇਹਨੂੰ ਕ੍ਰੀਏਟ ਕੀਤਾ ਹੈ ਜਿਨ੍ਹਾਂ ਹੱਥਾਂ ਨੇ ਇਹਨੂੰ ਸਾਰੇ ਨੂੰ ਬਣਾਇਆ ਮੇਰਾ ਦਿਲ ਕਰਦਾ ਮੈਂ ਜਾ ਕੇ ਮੈਂ ਉਹਨਾਂ ਦੇ ਹੱਥ ਨੂੰ ਚੁੰਮ ਲਵਾਂ ਇੰਨਾ ਸੋਹਣਾ ਬਣਾਇਆ ਉਹਨਾਂ ਨੇ ਕਿਆ ਖੂਬ ਹੈ ਜੀ ਬਹੁਤ ਬਹੁਤ ਹੀ ਸੋਹਣਾ ਹੈ ਦੇਖਣ ਨਾਲ ਤਿਲਕ ਰੱਖਦਾ ਹੈ ਅਗੇਨ ਸ਼ੁਕਰੀਆ ਡਾਕਟਰ ਦਲਵੀਰ ਸਿੰਘ ਪੰਨੂ ਜੀ ਦਾ ਦੈਟਸ ਓਕੇ ਜੀ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਪੰਜਾਬ ਬਾਰੇ ਸਾਨੂੰ ਗੱਲਬਾਤ ਸੁਣਾਓ ਹਾਂ ਪੰਜਾਬ ਦੇ ਬਾਰੇ 'ਚ ਜੀ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਮੈਂ ਜਿੰਨਾ ਖੁਸ਼ ਹੁੰਦਾ ਵਾਂ ਅੱਜ ਮੈਂ ਗ੍ਰੀਕ ਆਰਟ ਦੇਖ ਕੇ ਵੀ ਉਨਾ ਹੀ ਖੁਸ਼ ਹੋ ਰਿਹਾ ਵਾਂ ਕਿਉਂਕਿ ਆਈ ਲਵ ਦਾ ਸਿਵਿਲਾਈਜੇਸ਼ਨ ਤਾਂ ਸਿਵਿਲਾਈਜੇਸ਼ਨ ਦਾ ਹਿੱਸਾ ਹੈ ਖਾਸ ਕਰਕੇ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਕਿ ਮੈਂ ਇਹਨਾਂ ਚੀਜ਼ਾਂ ਕੋਲ ਜਾਵਾਂਗਾ ਦੇਖਾਂਗਾ ਸਾਰਾ ਕੁਛ ਔਰ ਇਹ ਸਾਰਾ ਕੁਛ ਜਿਹੜਾ ਨਾ ਮੈਂ ਖੁਦ ਜਾ ਕੇ ਆਪਣੀਆਂ ਨਜ਼ਰਾਂ ਨਾਲ ਐਕਸਪਲੋਰ ਕਰਾਂ ਤਾਂ ਮੈਨੂੰ ਜ਼ਿਆਦਾ ਅੱਛਾ ਲੱਗਿਆ ਪਿਕਚਰਸ ਦੇ ਵਿੱਚ ਤਾਂ ਬਹੁਤ ਵਾਰੀ ਦੇਖਿਆ ਪੰਜਾਬੀ ਬਾਬਾ ਇਨ ਸੈਨ ਫਰਾਂਸਿਸਕੋ USA ਬਾਬਾ ਜੀ ਹੁਣ ਆਪਾਂ ਨੂੰ ਇਹ ਦੱਸੋ ਕਿ ਤੁਸੀਂ USA ਵਿੱਚ ਕਿਸ ਮਿਸ਼ਨ ਦੇ ਨਾਲ ਆਏ ਹੋ ਤੁਹਾਡਾ ਇਸ ਵੇਲੇ ਮਤਲਬ ਆਉਣ ਦਾ ਮੁੱਖ ਮੰਤਵ ਕੀ ਹੈਗਾ ਅਮਰੀਕਾ ਦੇ ਵੀਰ ਜੀ ਅਸਲ ਵਿੱਚ ਪੰਜਾਬੀ ਬਹੁਤ ਜ਼ਿਆਦਾ ਸਾਰੇ ਦੁਨੀਆ ਦੇ ਵਿੱਚ ਵਿਖਰ ਗਏ ਨੇ ਜੀ ਆਲ ਓਵਰ ਦਾ ਵਰਲਡ ਅਗਰ ਮੈਂ ਕਹਾਂਗਾ ਕਿ ਸਾਡੀ ਜਿੰਨੀ ਨੇਸ਼ਨ ਹੈ ਪੰਜਾਬੀ ਉਹ ਫੈਲ ਗਈ ਹੈ ਪੂਰੀ ਦੁਨੀਆ ਦੇ ਵਿੱਚ ਜੀ ਅਤੇ ਉਹ ਪੰਜਾਬ ਦੇ ਬਾਰੇ 'ਚ ਬਹੁਤ ਜ਼ਿਆਦਾ ਕੌਨਸ਼ੀਅਸ ਰਹਿੰਦੇ ਨੇ ਕਿ ਵੀ ਪੰਜਾਬ 'ਚ ਕੀ ਹੋ ਰਿਹਾ ਪੰਜਾਬ 'ਚ ਕਿੱਦਾਂ ਹੋ ਰਿਹਾ ਔਰ ਕਿਸ ਤਰੀਕੇ ਨਾਲ ਲੋਕ ਮਤਲਬ ਕਿ ਪਾਰਟੀਸ਼ਨ ਤੋਂ ਬਾਅਦ ਸਪੈਸ਼ਲੀ ਜਿਹੜਾ ਵੈਸਟ ਪੰਜਾਬ ਹੈ ਨੌਰਥ ਵੈਸਟ ਪੰਜਾਬ ਹੈ ਉਹਦੇ ਬਾਰੇ 'ਚ ਲੋਕਾਂ ਨੂੰ ਬਹੁਤ ਜ਼ਿਆਦਾ ਸਾਰੀ ਘੱਟ ਜਿਹੜੀ ਹੈ ਨਾ ਇਨਫੋਰਮੇਸ਼ਨ ਹੈ ਜੀ ਮੈਂ ਉਹੀ ਇਨਫੋਰਮੇਸ਼ਨ ਕਲਚਰ ਐਂਡ ਹੈਰੀਟੇਜ ਔਰ ਸਿਵਿਲਾਈਜੇਸ਼ਨ ਦੇ ਬਾਰੇ 'ਚ ਗੱਲ ਕਰਨ ਲਈ ਇੱਕ ਪਾਰਟ ਕਹਿ ਲਓ ਤੁਸੀਂ ਹੈਰੀਟੇਜ ਬਟ ਅਰੇਸਡ ਤਾਂ ਕੁਛ ਤਾਂ ਮੁਕੰਮਲ ਅਰੇਸ ਤਾਂ ਨਹੀਂ ਹੈ ਮੈਂ ਉਹਨੂੰ ਅਰੇਸ ਨਹੀਂ ਕਹਿ ਸਕਦਾ ਜੀ ਅਬੌਂਡਡ ਪਿਆ ਹੋਇਆ ਬਹੁਤ ਜ਼ਿਆਦਾ ਸਾਰੀਆਂ ਜਗ੍ਹਾ ਹਾਲੇ ਤੱਕ ਲੋਕ ਪਈਆਂ ਹੋਈਆਂ ਨੇ ਬਹੁਤ ਜ਼ਿਆਦਾ ਸਾਰੀਆਂ ਜਗ੍ਹਾ ਟੁੱਟ ਗਈਆਂ ਨੇ ਖਰਾਬ ਹੋ ਰਹੀਆਂ ਨੇ ਲੇਕਿਨ ਸਟਿਲ ਦੇਅਰ ਉਹ ਚੀਜ਼ਾਂ ਅੱਜ ਵੀ ਬਿਲੋਂਗ ਕਰਦੀਆਂ ਨੇ ਪੰਜਾਬੀਆਂ ਤੋਂ ਔਰ ਪੰਜਾਬੀਆਂ ਦਾ ਨਾਮ ਲਿੱਤਾ ਜਾਂਦਾ ਕਿ ਆਹ ਫਲਾਣੇ ਪੰਜਾਬੀ ਦਾ ਘਰ ਸੀ ਜੀ ਇਹ ਫਲਾਣੇ ਜੱਟ ਦਾ ਸੀ ਇਹ ਫਲਾਣੇ ਸਰਦਾਰ ਦਾ ਸੀ ਅਤੇ ਇਸ ਤਰ੍ਹਾਂ ਕਰਕੇ ਇਹਨਾਂ ਚੀਜ਼ਾਂ ਨੂੰ ਕੁਛ ਮੇਰੇ ਕੋਲ ਜਿਹੜਾ ਮੈਂ ਨਹੀਂ ਕਹਿੰਦਾ ਬਹੁਤ ਜ਼ਿਆਦਾ ਕੁਛ ਹੈ ਲੇਕਿਨ ਜੋ ਕੁਛ ਮੇਰੇ ਕੋਲ ਹੈਗਾ ਉਹਨੂੰ ਮੈਂ ਐਕਸਪਲੋਰ ਕਰਨ ਵਾਸਤੇ ਲੋਕਾਂ ਨੂੰ ਇੱਥੇ ਪ੍ਰਜੈਂਟੇਸ਼ਨ ਦੇਣ ਵਾਸਤੇ ਮੈਂ ਪਹੁੰਚਿਆ ਵਾਂ ਘੱਟੋ ਘੱਟ ਮੇਰੇ ਤਕਰੀਬਨ 12 ਡਿਫਰੈਂਟ ਪਲੇਸਿਸ ਦੇ ਉੱਤੇ USA ਦੇ ਅੰਦਰ ਮੇਰੇ ਜਿਹੜੇ ਲੈਕਚਰਸ ਨੇ ਜਿਹੜੇ ਕਿ ਪੰਜਾਬੀ ਲੋਕਾਂ ਨੂੰ ਮੈਂ ਦੇਵਾਂਗਾ ਹੋ ਸਕਦਾ ਹੈ ਕਿ ਵਿੱਚ ਭੁੱਲ ਚੁੱਕ ਹੋ ਜਾਏ ਗਲਤੀਆਂ ਵੀ ਹੋ ਜਾਂਦੀਆਂ ਨੇ ਇਨਸਾਨ ਕੋਲ ਕਿਉਂਕਿ ਆਈ ਐਮ ਨੋਟ ਐਨੀ ਪਰਫੈਕਟ ਹਿਸਟੋਰੀਅਨ ਲੇਕਿਨ ਪੰਜਾਬ ਦੇ ਹਵਾਲੇ ਨਾਲ ਕਹਾਂਗਾ ਕਿ ਮੇਰਾ ਬਹੁਤ ਦਿਲ ਕਰਦਾ ਕਿ ਮੇਰੇ ਕੋਲ ਜਿੰਨਾ ਕੁਛ ਹੈ ਮੈਂ ਲੋਕਾਂ ਨੂੰ ਦੱਸਾਂ
ਤਾਂ ਉਹ ਸਾਰਾ ਕੁਝ ਦਿਖਾਉਣ ਵਾਸਤੇ ਪੰਜਾਬ ਦੀ ਕਲਚਰ ਐਂਡ ਹੈਰੀਟੇਜ ਨੂੰ ਜੋ ਮੈਂ ਰਿਕਾਰਡ ਕੀਤਾ ਜਾਂ ਜੋ ਮੇਰੇ ਕੋਲ ਮੌਜੂਦ ਹੈ ਮੈਂ ਉਹਨੂੰ ਲੈ ਕੇ ਇੱਥੇ ਪਹੁੰਚਿਆ ਵਾਂ ਔਰ ਮੈਂ ਦੱਸਾਂਗਾ ਤਮਾਮ ਪੰਜਾਬੀ ਕਮਿਊਨਿਟੀ ਨੂੰ ਔਰ ਮੈਂ ਇੰਨਾ ਜ਼ਿਆਦਾ ਮੇਰਾ ਫੇਸਬੁੱਕ ਦੇ ਬੈਕਅਪ ਆਇਆ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਬਾਰੇ ਦੇ ਵਿੱਚ ਮੈਂ ਹੈਰਾਨ ਹੋ ਗਿਆ ਵਾਂ ਦੇਖ ਕੇ ਮੈਨੂੰ ਲੱਗ ਨਹੀਂ ਸੀ ਰਿਹਾ ਕਿ ਮੈਂ ਇੰਨਾ ਜ਼ਿਆਦਾ ਕਰ ਪਾਵਾਂਗਾ ਲੇਕਿਨ ਮੇਰੀ ਟਾਈਮ ਲਾਈਨ 'ਤੇ ਜਦੋਂ ਲੋਕਾਂ ਦੇ ਮੈਸੇਜ ਆਏ ਬਾਬਾ ਜੀ ਯੂਅਰ ਇਨ ਯੂ ਐਸ ਏ ਐਂਡ ਕੰਟੈਕਟ ਵਿਦ ਅਸ ਗਿਵ ਮੀ ਅ ਗਿਵ ਅਸ ਆਵਰ ਫੋਨ ਨੰਬਰ ਐਂਡ ਅਦਰ ਥਿੰਗਸ ਰੀਅਲੀ ਵੈਰੀ ਇੰਟਰਸਟਿੰਗ ਫੋਰ ਮੀ ਕਿਉਂਕਿ ਉੱਥੇ ਰਹਿ ਕੇ ਤਾਂ ਮੈਂ ਬਿਲਕੁਲ ਨਹੀਂ ਸੀ ਜਾਣ ਪਾ ਰਿਹਾ ਕਿ ਕਿੰਨੇ ਲੋਕ ਮੈਨੂੰ ਜਾਣਦੇ ਨੇ ਜਾਂ ਕਿੰਨੇ ਲੋਕ ਮੇਰੇ ਚਾਹਣ ਵਾਲੇ ਨੇ ਮੈਂ ਥੈਂਕਸ ਟੂ ਫੇਸਬੁੱਕ ਮੈਂ ਫਿਰ ਇੱਕ ਵਾਰੀ ਕਹਾਂਗਾ ਮੈਂ ਸ਼ੁਕਰਗੁਜ਼ਾਰ ਹਾਂ ਫੇਸਬੁੱਕ ਦਾ ਔਰ ਹੋ ਸਕਿਆ ਤਾਂ ਸ਼ਾਇਦ ਮੈਂ ਫੇਸਬੁੱਕ ਦੇ ਹੈੱਡ ਆਫਿਸ ਆਪਾਂ ਫੇਸਬੁੱਕ ਦੇ ਹੈੱਡ ਆਫਿਸ ਬਹੁਤ ਲੱਗੇ ਹੈਗਾ ਉੱਥੇ ਜ਼ਰੂਰ ਤੁਹਾਨੂੰ ਲੈ ਕੇ ਜਾਵਾਂਗੇ ਜੀ ਬਿਲਕੁਲ ਔਰ ਮੈਂ ਦੱਸਾਂਗਾ ਉਹਨਾਂ ਨੂੰ ਔਰ ਮੈਨੂੰ ਅਕਸਰ ਔਕਾਤ ਫੇਸਬੁੱਕ ਦੇ ਬਹੁਤ ਜ਼ਿਆਦਾ ਸਾਰੇ ਮੈਸੇਜਿਸ ਆਉਂਦੇ ਹੁੰਦੇ ਨੇ ਜੀ ਲੇਕਿਨ ਕਿ ਮੈਨੂੰ ਫੇਸਬੁੱਕ ਨੇ ਇੱਥੇ ਤੱਕ ਪਹੁੰਚਾ ਦਿੱਤਾ ਬਾਬਾ ਜੀ ਹੁਣ ਤੁਹਾਡਾ ਪਹਿਲਾ ਨੈਕਸਟ ਪ੍ਰੋਗਰਾਮ ਕਿਹੜੇ ਸਿਟੀ 'ਚ ਹੈਗਾ ਹੈ ਕਦੋਂ ਤੁਸੀਂ ਉੱਥੇ ਜਾ ਰਹੇ ਹੋ ਜੀ ਪਹਿਲਾ ਪ੍ਰੋਗਰਾਮ ਮੇਰਾ ਡੈਲਸ ਵਿੱਚ ਹੈ ਔਰ ਕੱਲ੍ਹ ਸਵੇਰ ਜਿਹੜਾ 14 ਦੀ ਸਵੇਰ 8 ਵਜੇ ਦਿਨ ਮੇਰੀ ਫਲਾਈਟ ਹੈ ਡੈਲਸ ਵਾਸਤੇ ਟੈਕਸਸ ਡੈਲਸ ਵਾਓ ਵੈਰੀ ਗੁੱਡ ਜੀ ਟੈਕਸਸ ਡੈਲਸ ਜੀ ਔਰ ਡੈਲਸ ਜਾ ਕੇ ਤੇ ਮੈਂ ਤਰਵਿੰਦਰ ਖਾਲਸਾ ਜੀ ਨੇ ਵੀ ਸਰਦਾਰ ਤਰਵਿੰਦਰ ਖਾਲਸਾ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਵਾ ਉੱਥੇ ਦੇ ਗੁਰੂ ਘਰ ਦੇ ਵਿੱਚ ਔਰ ਉੱਥੇ ਦੇ ਹਾਲਸ ਦੇ ਵਿੱਚ ਪ੍ਰਾਈਵੇਟ ਮੀਟਿੰਗਸ ਦੇ ਅੰਦਰ ਮੈਂ ਲੋਕਾਂ ਨੂੰ ਪੰਜਾਬੀ ਸੁਝਾਗ ਬਾਰੇ ਪੰਜਾਬ ਦੀ ਹਿਸਟਰੀ ਬਾਰੇ ਔਰ ਪੰਜਾਬ ਦੇ ਕਰੰਟ ਜਿਹੜੀ ਸਾਡੇ ਕੋਲ ਹਿਸਟੋਰੀਕਲ ਪਲੇਸਿਸ ਨੇ ਉਹਨਾਂ ਦਾ ਕੀ ਹਾਲ ਹੈ ਉਹ ਦੱਸਣ ਵਾਸਤੇ ਮੈਂ ਉੱਥੇ ਜਾਵਾਂਗਾ ਸੋ ਸਾਡੀ ਬੇਨਤੀ ਹੈ ਕਿ ਸਾਰੇ ਸਮੂਹ ਸਾਧ ਸੰਗਤ ਜਿਹੜੀ ਡੈਲਸ ਟੈਕਸਸ ਰਹਿੰਦੀ ਹੈ ਉਹ ਜ਼ਰੂਰ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਔਰ ਤੁਸੀਂ ਆਪਣੀ ਫੇਸਬੁੱਕ 'ਤੇ ਨੈਕਸਟ ਜਿਹੜੀ ਪੋਸਟ ਹੈ ਉਹ ਟਾਈਮ ਔਰ ਐਗਜ਼ੈਕਟ ਕਿੱਥੇ ਮਿਲਣਾ ਹੈ ਬਿਲਕੁਲ ਜਿੱਥੇ ਜਿੱਥੇ ਦਾ ਮੇਰਾ ਜੋ ਵੈਨਿਊ ਹੋਏਗਾ ਜਾਂ ਮੇਰਾ ਸਕੈਜੂਅਲ ਹੋਏਗਾ ਉਹ ਮੈਂ ਸਾਰਾ ਦਾ ਸਾਰਾ ਜਿਹੜਾ ਉਹ ਮੈਂ ਪੋਸਟ ਪਾ ਦੇਵਾਂਗਾ ਔਰ ਜਿਹੜੇ ਜਿਹੜਾ ਦੋਸਤ ਮੈਨੂੰ ਉੱਥੇ ਜੁਆਇਨ ਕਰਨਾ ਚਾਹੇ ਤਾਂ ਪਲੀਜ਼ ਕੰਟੈਕਟ ਵਿਦ ਮੀ ਮੈਂ ਥੋੜ੍ਹੀ ਦੇਰ ਤੱਕ ਇੱਕ ਆਪਣਾ ਯੂ ਐਸ ਏ ਦਾ ਨੰਬਰ ਲੈ ਕੇ ਅਤੇ ਮੈਂ ਸਾਰਿਆਂ ਨੂੰ ਦੋਸਤਾਂ ਨੂੰ ਮੈਂ ਦੇ ਦੇਵਾਂਗਾ ਔਰ ਸਾਰੇ ਦੋਸਤ ਮੇਰੇ ਨਾਲ ਰਾਬਤਾ ਕਰਨ ਥੈਂਕ ਯੂ ਬਹੁਤ ਸ਼ੁਕਰੀਆ